ਹੁਣੇ-ਹੁਣੇ ਖਬਰ ਮਿਲੀ ਹੈ ਕਿ ਐਸਜੀਪੀਸੀ ਚੋਣਾਂ ਸੰਪੰਨ ਹੋ ਚੁੱਕੀਆਂ ਨੇ ਤੇ ਹਰਜਿੰਦਰ ਸਿੰਘ ਧਾਮੀ ਐਸਜੀਪੀਸੀ ਦੇ ਨਵੇਂ ਪ੍ਰਧਾਨ ਚੁਣੇ ਗਏ ਨੇ ਸਰ ਬੀਬੀ ਜਗੀਰ ਕੌਰ ਨੂੰ ਟੋਟਲ 42 ਵੋਟਾਂ ਪਈਆਂ ਤੇ ਹਰਜਿੰਦਰ ਸਿੰਘ ਜੀ ਨਵੇਂ ਪ੍ਰਧਾਨ ਚੁਣੇ ਗਏ ਦੇਖੋ ਜੀ ਹਰਜਿੰਦਰ ਸਿੰਘ ਧਾਮੀ ਨੂੰ 104 ਵੋਟਾਂ ਪਈਆਂ ਜਿਵੇਂ ਤੁਸੀਂ ਦੱਸਿਆ ਤੇ 42 ਵੋਟਾਂ ਪਈਆਂ ਬੀਬੀ ਜਗੀਰ ਕੌਰ ਨੂੰ ਟੋਟਲ 146 ਵੋਟਾਂ ਪਈਆਂ ਜੀ 140 ਵੋਟਾਂ ਦੇ ਵਿੱਚੋਂ 42 104 104 ਵੋਟਾਂ ਤੇ ਹਰਜਿੰਦਰ ਸਿੰਘ ਧਾਮੀ ਤਾਂ ਜਿੱਤ ਗਏ ਆ ਪਰ ਸੁਖਬੀਰ ਸਿੰਘ ਬਾਦਲ ਲਈ ਖਤਰਾ ਉਹੀ ਹੈ ਜੇ ਅਸੀਂ ਗੱਲ ਕਰੀਏ ਕਿ ਸੁਖਬੀਰ ਸਿੰਘ ਬਾਦਲ ਦੀ ਇਹਦੇ ਵਿੱਚ ਜਿੱਤ ਹੋਈ ਹੈ ਜਾਂ ਸ਼੍ਰੋਮਣੀ ਅਕਾਲੀ ਦਲ ਦੀ ਇਹਦੇ ਵਿੱਚ ਜਿੱਤ ਹੋਈ ਹੈ ਤਾਂ ਉਹ ਨਹੀਂ ਹੋਈ ਕਿਉਂਕਿ 42 ਵੋਟਾਂ ਕਿਸੇ ਵੀ ਮੈਂਬਰ ਨੂੰ ਜਾਣੀਆਂ ਜਿਹੜਾ ਵਿਰੋਧੀ ਧਿਰ ਦੇ ਵਿੱਚ ਖੜਾ ਹੋਇਆ ਤੇ ਇਸ ਤੋਂ ਪਹਿਲਾਂ ਹੋਇਆ ਨਹੀਂ ਲਗਾਤਾਰ ਹੁੰਦਾ ਇਹ ਆਇਆ ਸੀ ਕਿ ਜੋ ਸ਼੍ਰੋਮਣੀ ਅਕਾਲੀ ਦਲ ਨੇ ਫਾਈਨਲ ਕਰਤਾ ਜੋ ਪ੍ਰਧਾਨ ਸਾਹਿਬ ਨੇ ਫਾਈਨਲ ਕਰਤਾ ਉਹਦੇ ਤੇ ਸਭ ਦੀ ਸਰਵਸੰਮਤੀ ਹੋ ਜਾਂਦੀ ਸੀ ਕਿ ਜੀ ਇਹਨਾਂ ਨੂੰ ਅਸੀਂ ਹੁਣ ਪ੍ਰਧਾਨ ਬਣਾ ਦੇਣਾ ਹੈ ਇਹਨਾਂ ਨੂੰ ਨਵੇਂ ਪ੍ਰਧਾਨ ਨਿਯੁਕਤ ਕਰ ਦੇਣਾ ਜੋ ਅਕਾਲੀ ਦਲ ਦੇ ਪ੍ਰਧਾਨ ਨਿਯੁਕਤ ਕਰਦੇ ਸੀ ਉਹ ਐਸਜੀਪੀਸੀ ਦਾ ਪ੍ਰਧਾਨ ਹੁੰਦਾ ਸੀ ਪਰ ਇਸ ਵਾਰ ਇਹ ਨਹੀਂ ਹੋਇਆ ਇਸ ਵਾਰੀ ਪਰਸੈਂਟੇਜ ਚਾਹੇ ਘੱਟ ਹੈ ਚਾਹੇ ਉਹ 42 ਨੇ ਪਰ 42 ਲੋਕਾਂ ਨੇ 42 ਐਸਜੀਪੀਸੀ ਮੈਂਬਰਾਂ ਨੇ ਇਹ ਦੱਸਿਆ ਕਿ ਜੀ ਅਸੀਂ ਬੀਬੀ ਜਗੀਰ ਕੌਰ ਵੱਲ ਜਾਂਦੇ ਹਾਂ ਜੀ ਡਾਇਵਰਟ ਹੋਈ ਹੈ ਪਰਸੈਂਟੇਜ ਡਾਇਵਰਟ ਹੋਈ ਹੈ ਤੇ ਇਹਦੇ ਵਿੱਚ ਹੁਣ ਅੱਗੇ ਦੀ ਗੱਲ ਹੋਊਗੀ ਵਿਸ਼ਾ ਅੱਗੇ ਦਾ ਹੈ ਕਿ ਅੱਗੇ ਹੁਣ ਐਸਜੀਪੀਸੀ ਦਾ ਤਾਂ ਚਲੋ ਪ੍ਰਧਾਨ ਤੁਸੀਂ ਨਿਯੁਕਤ ਕਰਤੇ ਆ ਪ੍ਰਧਾਨ ਐਸਜੀਪੀਸੀ ਦਾ ਚੁਣੇ ਗਏ ਆ ਪਰ ਅੱਗੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੀ ਹੋਊਗਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਕਈ ਇਹੋ ਜਿਹੇ ਲੀਡਰ ਆ ਜਿਵੇਂ ਅਸੀਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਉਹਨਾਂ ਨੇ ਵਿਰੋਧ ਕੀਤਾ ਜੋ ਬਾਦਲ ਸਾਹਿਬ ਦਾ ਵਿਰੋਧ ਹੋਇਆ ਉਹਦੇ ਨਤੀਜੇ ਨਿਕਲਣਗੇ ਅੱਗੇ ਅੱਗੇ ਆਉਣ ਵਾਲੇ ਸਮੇਂ 'ਚ ਦੇਖਦੇ ਆ ਕਿ ਕੀ ਕੁਝ ਬਣਦਾ ਪਰ ਫਿਰ ਹਾਲ ਐਸਜੀਪੀਸੀ ਦੇ ਪ੍ਰਧਾਨ ਧਾਮੀ ਜੋ ਪਿਛਲੀ ਵਾਰ ਪ੍ਰਧਾਨ ਚੁਣੇ ਗਏ ਸੀ ਉਹਨਾਂ ਨੂੰ ਇਸ ਵਾਰੀ ਦੁਬਾਰਾ ਦੂਜੀ ਵਾਰ ਉਹ ਪ੍ਰਧਾਨ ਚੁਣੇ ਗਏ ਆ ਤੇ ਐਸਜੀਪੀਸੀ ਦੇ ਜੋ ਚਾਰ ਵਾਰੀ ਪ੍ਰਧਾਨ ਰਹਿ ਚੁਕੇ ਆ ਬੀਬੀ ਜਗੀਰ ਕੌਰ ਉਹ ਇਸ ਵਾਰੀ ਪ੍ਰਧਾਨਗੀ ਦੀ ਚੋਣ ਚ ਪਿੱਛੇ ਰਹੇ ਆ ਹੁਣ ਦੇਖਣਾ ਇਹ ਹੈ ਕਿ ਜਦੋਂ ਜੇ ਕਿਤੇ ਆਉਣ ਵਾਲੇ ਸਮੇਂ ਦੇ ਵਿੱਚ ਧਾਮੀ ਇਹ ਖਿਲਾਫਤ ਕਰਨਗੇ ਹਾਂ ਤਾਂ ਕੀ ਉਹਨਾਂ ਨੂੰ ਵੀ ਇਸੇ ਤਰੀਕੇ ਨਾਲ ਪਾਰਟੀ ਤੋਂ ਬਾਹਰ ਕੀਤਾ ਜਾਊਗਾ ਜਿਵੇਂ ਬੀਬੀ ਜਗੀਰ ਕੌਰ ਨੂੰ ਬਾਹਰ ਕੀਤਾ ਗਿਆ ਕਿਉਂਕਿ ਬੀਬੀ ਜਗੀਰ ਕੌਰ ਦਾ ਕਦ ਇਨਾ ਛੋਟਾ ਨਹੀਂ ਸੀ ਕਿ ਉਹਨਾਂ ਨੂੰ ਕਿਸੇ ਵੀ ਕਾਰਨ ਕਰਕੇ ਉਨਾਂ ਨੂੰ ਮੁਅਤਲ ਕਰ ਦਿੱਤਾ ਜਾਵੇ ਜੀ ਚਾਰ ਵਾਰ ਐਸਜੀਪੀਸੀ ਦੇ ਪ੍ਰਧਾਨ ਰਹੇ ਆ ਕੈਬਨਿਟ ਮੰਤਰੀ ਰਹੇ ਆ ਤੇ ਕਈ ਵਾਰ ਵਿਧਾਇਕ ਰਹੇ ਆ ਸ਼੍ਰੋਮਣੀ ਅਕਾਲੀ ਦਲ ਤੋਂ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਕਈ ਵਾਰ ਉਹਨਾਂ ਨੇ ਜਿੱਤ ਦਵਾਈ ਹੈ ਪੁਲੱਤ ਦੇ ਹਲਕੇ ਤੋਂ ਖੜੇ ਹੁੰਦੇ ਸੀ ਤੇ ਪੁਲੱਤ ਤੋਂ ਕਈ ਵਾਰ ਜਿੱਤ ਕੇ ਐਮਐਲਏ ਬਣੇ ਆ ਉਸ ਤੋਂ ਇਲਾਵਾ ਉਹਨਾਂ ਨੇ ਕਈ ਅਹੁਦੇਦਾਰੀਆਂ ਤੇ ਕੰਮ ਕੀਤਾ ਬਖੂਬੀ ਉਹਨਾਂ ਨੇ ਜ਼ਿੰਮੇਵਾਰੀ ਨਿਭਾਈ ਹੈ ਤੇ ਜੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਇੰਨਾ ਕੰਮ ਕਰਨ ਦੇ ਬਾਅਦ ਐਨੇ ਅਨਾਰ ਸੂਖਦਾਰ ਹੋਣ ਦੇ ਬਾਅਦ ਵੀ ਤੁਸੀਂ ਜੇ ਇੱਕ ਖਿਲਾਫਤ ਕਰੋਗੇ ਇੱਕ ਚੀਜ਼ ਤੇ ਵਿਰੋਧ ਕਰੋਗੇ ਤਾਂ ਤੁਹਾਨੂੰ ਬਾਹਰ ਦਾ ਰਸਤਾ ਦਿਖਾਇਆ ਜਾ ਸਕਦਾ ਹੈ ਇਹ ਮੈਸੇਜ ਸਭ ਨੂੰ ਚਲਾ ਗਿਆ ਜੀ ਇਹਦੇ ਵਿੱਚ ਕੋਈ ਦੁਰਾਇ ਨਹੀਂ ਰਹੀ ਕਿ ਸ਼ੋਮਣੀ ਅਕਾਲੀ ਦਲ ਕਿਸੇ ਵੀ ਪਾਰਟੀ ਮੈਂਬਰ ਤੇ ਕੋਈ ਵੀ ਡਿਸਪਲਾਈਨ ਦੀ ਜਿਹੜੀ ਉਹ ਗੱਲ ਕਰਦੇ ਆ ਜਿਵੇਂ ਉਹਨਾਂ ਨੇ ਇਹਦੇ ਵਿੱਚ ਵੀ ਡਿਸਪਲਾਈਨ ਦੀ ਹੀ ਗੱਲ ਕੀਤੀ ਕਿ ਬੀਬੀ ਜਗੀਰ ਕੌਰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਵਿੱਚ ਸ਼ਾਮਲ ਹੈ ਜੇ ਇਸੇ ਤਰੀਕੇ ਨਾਲ ਉਹ ਕਿਸੇ ਵੀ ਪਾਰਟੀ ਮੈਂਬਰ ਨੂੰ ਬਾਹਰ ਦਾ ਰਸਤਾ ਦਿਖਾ ਸਕਦੇ ਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਲਈ ਮੈਨੂੰ ਲੱਗਦਾ ਆਉਣ ਵਾਲੇ ਟਾਈਮ ਦੇ ਵਿੱਚ ਖਤਰਾ ਪੈਦਾ ਹੋ ਸਕਦਾ ਤੇ ਉਹ ਪੈਦਾ ਹੋ ਵੀ ਰਿਹਾ ਕਿਉਂਕਿ ਜੇ ਉਹਨਾਂ ਦੇ ਇੰਨੇ ਕਰੀਬੀ ਜਿਨ੍ਹਾਂ ਨੂੰ ਇੰਨਾ ਕਰੀਬੀ ਮੰਨਿਆ ਜਾਂਦਾ ਸੀ ਤੇ ਜਿਨ੍ਹਾਂ ਨੂੰ ਇੰਨੇ ਵਿਸ਼ਵਾਸਪਾਤਰ ਮੰਨਿਆ ਜਾਂਦਾ ਸੀ ਉਹ ਲੋਕਾਂ ਨੂੰ ਹੁਣ ਮੁਅਤਲ ਕੀਤਾ ਗਿਆ ਉਹ ਲੀਡਰਸ ਬਾਹਰ ਜਾ ਰਹੇ ਆ ਤੇ ਸੁਣਨ ਚ ਇਹ ਵੀ ਆ ਰਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਹੋਰ ਵੀ ਲੀਡਰਸ਼ਿਪ ਹੈਗੀ ਹੈ ਜਿਹੜੀ ਉਹ ਵੀ ਬਾਗੀ ਹੋ ਰਹੀ ਹੈ ਤੇ ਦੇਖਣਾ ਇਹ ਹੈ ਕਿ ਹੁਣ ਅੱਗੇ ਸ਼੍ਰੋਮਣੀ ਅਕਾਲੀ ਦਲ ਦਾ ਕੀ ਬਣਦਾ ਹੈ ਬਿਲਕੁਲ